ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਅਤੇ ਗੁਰਨਵਾਜ ਬੁਟੀਕ 'ਤੇ ਸਵਾਗਤ ਕਰਦੇ ਹਾਂ। ਅੱਜ ਤਾਂ ਲਿਖ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ। ਤੁਸੀਂ ਸਾਡੇ ਜਿਹੜੇ ਪਹਿਲੇ ਸੂਟ ਸੀਗੇ ਫੁਲਕਾਰੀ ਵਾਲੇ, ਜਿੰਨੀ ਵਾਰ ਵੀ ਮੈਂ ਲੈ ਕੇ ਆਉਂਦੀ ਹੁੰਦੀ ਹਾਂ ਤੁਸੀਂ ਬਹੁਤ ਵਧੀਆ ਰਿਸਪੋਂਸ ਦਿੰਦੇ। ਮੈਂ ਤੁਹਾਡੇ ਲਈ ਕੁਛ ਹੋਰ ਵਧੀਆ ਜਿਹੜਾ ਆ ਨੈਕਸਟ ਵਾਰੀ ਲੈ ਕੇ ਆਊਂਗੀ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਹੀ ਚੀਜ਼ ਨਹੀਂ ਸੇਲ ਕਰ ਸਕਦੇ, ਆਪਾਂ ਤੁਹਾਡੇ ਲਈ ਕੁਛ ਵੱਖਰਾ ਲੈ ਕੇ ਆਏ ਹਾਂ। ਇਹ ਹੈਗਾ ਔਰਗੈਂਜ਼ਾ ਉੱਪਰ, ਬੜਾ ਸੋਹਣਾ ਫੈਬਰਿਕ ਹੈ ਇਹਦਾ, ਅਤੇ ਬਾਜੂ ਦੇ ਉੱਪਰ ਵਰਕ ਆਊਗਾ ਅਤੇ ਨੈਕ ਦੇ ਉੱਪਰ ਵਰਕ ਆਊਗਾ, ਸ਼ਰਟ ਨੂੰ ਲਾਈਨਿੰਗ ਲੱਗੂਗੀ ਅਤੇ ਬੋਟਮ ਦੇ ਉੱਪਰ ਵਰਕ ਹੋਵੇਗਾ, ਕਿੰਨਾ ਸੋਹਣਾ। ਪਰ ਇਹ ਜਿਹੜਾ ਅਸੀਂ ਸ਼ਾਹ ਬੁਟੀਕ ਨਾਲ ਪਾਇਆ ਤਾਂ ਕਾਫੀ ਜ਼ਿਆਦਾ ਕੋਸਟਲੀ ਆ ਸੂਟ, ਇਹ ਤੁਸੀਂ ਜਦੋਂ ਬਣ ਕੇ ਲੁੱਕ ਦੀ ਬਹੁਤ ਸੋਹਣੀ ਆਊਗੀ। ਆਹ ਇੱਦਾਂ ਜਿਹੜੇ ਪੈਚ ਹੈ ਸਲਵਾਰ ਦੇ ਉੱਪਰ ਆਉਣਗੇ ਅਤੇ ਆਹ ਉੱਪਰ ਸ਼ਰਟ ਦੇ ਉੱਪਰ ਆਊਗਾ, ਠੀਕ ਹੈ ਜੀ। ਦੁਪੱਟਾ ਵੀ ਇਹਦਾ ਬਹੁਤ ਸੋਹਣਾ ਬਣਿਆ, ਇਹਦੇ ਕਲਰ ਚਾਰ ਹੋਣਗੇ, ਮੈਂ ਤੁਹਾਨੂੰ ਦਿਖਾ ਦਿੰਦੀ ਕਿਹੜੇ ਕਿਹੜੇ ਕਲਰ ਹੋਣਗੇ, ਠੀਕ ਹੈ ਜੀ। ਦੁਪੱਟਾ ਵੀ ਇਹਦਾ ਬਹੁਤ ਸੋਹਣਾ, ਨਾਲ ਲੈਸ ਵੀ ਲੱਗੀ ਹੋਈ ਹੈ, ਠੀਕ ਹੈ। 1450 ਦੀ ਰੇਂਜ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ ਵਾਲਾ। ਇਹ ਫਸਟ ਸੂਟ ਇਹ ਵਾਲਾ ਹੋ ਗਿਆ ਸਾਡਾ, ਅਤੇ ਦੂਜੇ ਨੰਬਰ 'ਤੇ ਇਹਦੇ 'ਚ ਕਲਰ ਆ ਗਿਆ ਇਹ ਵਾਲਾ। ਸਾਰੇ ਕਲਰ ਬਹੁਤ ਸੋਹਣੇ ਸੋਹਣੇ ਆ, ਅਤੇ ਇੱਕ ਇਹਦੇ 'ਚ ਆ ਗਿਆ ਇਹ ਵਾਲਾ, ਠੀਕ ਹੈ। ਦੁਪੱਟਾ ਨਾਲ ਇਹਦੇ ਆਊਗਾ ਆਹ ਵਾਲਾ, ਦੋ ਸ਼ੇਡ। ਹਾਂਜੀ, ਦੋ ਜਿਹੜੇ ਕਲਰ ਤੁਸੀਂ ਦੇਖ ਲਏ, ਤੀਜਾ ਕਲਰ ਇਹ 'ਚ ਹੈਗਾ ਯੈਲੋ, ਇਹ ਵੀ ਬਹੁਤ ਸੋਹਣਾ ਹੈ। ਸ਼ਰਟ ਅਤੇ ਬੈਕ 'ਤੇ ਇੱਦਾਂ ਦਾ ਹੈ ਨਾ, ਬੋਟਮ 'ਤੇ ਵਰਕ ਆਊਗਾ। ਅਤੇ ਚੌਥਾ ਕਲਰ ਬਹੁਤ ਸੋਹਣਾ ਇਹਦਾ ਪਰਪਲ, ਅਤੇ ਸਲਵਾਰ ਦੇ ਉੱਪਰ ਵਰਕ ਆਊਗਾ, ਠੀਕ ਹੈ ਜੀ। ਇਹ ਚਾਰ ਸੂਟ ਹੈਗੇ ਇਸ ਦੇ ਵਿੱਚ, ਅਤੇ ਆਹ ਵਾਲੇ ਸੂਟ ਦੇ ਵਿੱਚ ਸਾਨੂੰ ਦੋ ਹੀ ਕਲਰ ਫਿਰ ਮਿਲੇ ਸਾਨੂੰ ਐਹ ਜੇ, ਠੀਕ ਹੈ। ਇਹਦਾ ਸੇਮ ਫੈਬਰਿਕ ਉਹਦੇ ਵਰਗਾ ਹੀ ਹੈ, 1600 ਦੀ ਰੇਂਜ ਦੇ ਵਿੱਚ ਜੇ, ਔਰ ਨਾਲ ਦੁਪੱਟਾ ਔਰ ਨਾਲ ਪਹੁੰਚੇ ਦੇ ਵਰਕ, ਅਤੇ ਸੇਮ ਦੁਪੱਟਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਉਹਦੇ ਨਾਲ ਦੇ ਦੁਪੱਟਾ, ਦੁਪੱਟਾ ਬਹੁਤ ਸੋਹਣਾ ਟੈਬੀ ਦਾ ਬਣਿਆ ਇਹਦੇ ਨਾਲ, ਠੀਕ ਹੈ। ਇੱਕ ਕਲਰ ਇਹਦੇ 'ਚ ਆ ਗਿਆ, ਇੱਕ ਬੜਾ ਸੋਹਣਾ ਰਸਟ ਕਲਰ ਮਿਲ ਜੂ ਇਹਦੇ ਵਿੱਚ, ਇਹ ਰੈੱਡ ਨਹੀਂ ਹੈ ਰਸਟ ਕਲਰ ਜੇ, ਠੀਕ ਹੈ। ਸੇਮ ਇੱਦਾਂ ਆਊਗਾ ਜੀ, ਇਹਨੂੰ ਲਾਈਨਿੰਗ ਲੱਗੂ ਸ਼ਰਟ ਨੂੰ, ਅਤੇ ਸਲਵਾਰ ਨੂੰ ਜਿਹੜੀ ਨਹੀਂ ਲੱਗੂਗੀ, ਅਤੇ ਸਲਵਾਰ 'ਤੇ ਬੜਾ ਸੋਹਣਾ ਵਰਕ ਹੋਇਆ, ਬਾਕੀ ਸਟਿਚ ਹੋ ਕੇ ਬਹੁਤ ਸੋਹਣਾ ਲੱਗਣਾ। ਇਹ ਕਸਟਮਰ ਦੇ ਜਿਹੜੇ ਸੂਟ ਸਟਿਚ ਕਰ ਲਈ ਦਿੱਤੇ ਅਸੀਂ ਇਹਦੇ ਨਾਲ ਦੇ, ਜਦੋਂ ਰੈਡੀ ਹੋਣਗੇ ਅਸੀਂ ਤੁਹਾਨੂੰ ਦਿਖਾ ਦਾਂਗੇ ਵੀਡੀਓ, ਜਿਹੜੀ ਮੈਂ ਦੂਸਰੇ ਪੇਜ 'ਤੇ ਤੁਸੀਂ ਜ਼ਰੂਰ ਦੇਖ ਲਿਓ। ਜਿੰਨੇ ਵੀ ਸਾਡੇ ਔਡਰ ਜਾਂਦੇ ਅਸੀਂ ਸਾਰੇ ਉਹ ਦੂਸਰੇ ਆਪਣੀ 'ਤੇ ਹੀ ਪਾਉਂਦੇ ਪੇਜ 'ਤੇ। ਅਤੇ ਇਹ ਵਾਲਾ ਸੂਟ ਵੀ ਮੈਨੂੰ ਬਹੁਤ ਸੋਹਣਾ ਲੱਗਿਆ, ਇਹ ਆਰ ਕੀ ਆਪਾਂ ਟਾਈ ਐਂਡ ਆਈ ਜਿਹੜਾ ਹੈ ਕੁਛ ਚੇਂਜ ਕੀਤਾ, ਜਦੋਂ ਤੁਸੀਂ ਮੇਰੇ ਸੂਟ ਪਾਇਆ ਦੇਖਿਆ ਸੀਗਾ ਉਹਦੇ ਨਾਲ ਦੇ ਆਪਾਂ ਨੈਕ ਰੈਡੀ ਕੀਤਾ ਇਹਦਾ, ਅਤੇ ਫੈਬਰਿਕ ਥੋੜ੍ਹਾ ਜਿਹਾ ਫੈਬਰਿਕ ਸੇਮ ਹੈ, ਬਸ ਆਹ ਡਿਜ਼ਾਇਨਿੰਗ ਥੋੜ੍ਹੀ ਟਾਈ ਐਂਡ ਆਈ ਜਿਹੜੀ ਕੀਤਾ ਆਪਾਂ ਉਹਨੂੰ ਚੇਂਜ ਕੀਤਾ, ਬਾਕੀ ਸੇਮ ਟੂ ਸੇਮ ਆ। ਅਤੇ ਘੇਰ ਦੇ ਉੱਪਰ ਵਰਕ ਆਊਗਾ, ਜਿੱਦਾਂ ਮਰਜ਼ੀ ਦੀ ਸ਼ਰਟ ਜਿਹੜੀ ਬਣਾ ਸਕਦੇ ਆ, ਠੀਕ ਹੈ। ਇਹਦੇ ਕਲਰ ਬੜੇ ਬੜੇ ਸੋਹਣੇ ਨੇ, ਇਹਦੀ ਬੋਟਮ ਦੇ ਉੱਪਰ ਵਰਕ ਆਊਗਾ ਇਹ ਵਾਲਾ, ਠੀਕ ਹੈ। ਅਤੇ ਨਾਲ ਦੁਪੱਟਾ, ਦੁਪੱਟੇ 'ਤੇ ਨਾ ਕਸਟਮਰ ਜਿੱਦਾਂ ਕਹਿੰਦੇ ਸੀ ਕਿ ਤੁਸੀਂ ਉਹ ਲਗਾਈ ਹੋਈ ਹੈ ਜਿੱਦਾਂ ਲੈਸ ਲਗਾ ਜਾਂ ਕਿੱਦਾਂ, ਅਤੇ ਉਹ ਚੀਜ਼ ਨਹੀਂ, ਆਪਾਂ ਐਰਕੀਟੈਬੀ ਦੇ ਦੁਪੱਟੇ ਦੇ ਨਾਲ ਹੀ ਆਪਾਂ ਇਹਨੂੰ ਦੇਖੋ ਦੁਪੱਟਾ ਵੀ ਕਿੰਨਾ ਸੋਹਣਾ ਹੈ, ਅਤੇ ਪਾਰ ਲਗਾਇਆ, ਅਤੇ ਦੁਪੱਟਾ ਵੀ ਇਹਦਾ ਜਿਹੜਾ ਟੈਬੀ ਦੇ ਵਿੱਚ ਲੱਗਾ ਜੇ, ਠੀਕ ਹੈ, ਟੈਬੀ ਸਿਲਕ ਦੇ ਉੱਪਰ। ਅਤੇ ਲੇਸ ਜਿਵੇਂ ਤੁਸੀਂ ਚੇਂਜ ਕਰ ਨਹੀਂ ਕਰ ਸਕਦੇ, ਨਹੀਂ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਇਆ ਆਹ ਲੁੱਕ ਦੇ ਵਿੱਚ, ਗ੍ਰੀਨ ਕਲਰ ਦੇ ਵਿੱਚ, ਠੀਕ ਹੈ। ਇਹ ਸੂਟ ਦਾ ਹੈਗਾ ਪ੍ਰਾਈਸ 1500 ਰੁਪਈਆ, ਠੀਕ ਹੈ। ਅਤੇ ਇਹ ਵੀ ਦੂਸਰਾ ਕਲਰ ਇਹਦਾ ਆ ਗਿਆ, ਬਹੁਤ ਸੋਹਣਾ ਲੱਗਾ ਮੈਨੂੰ ਇਹ ਵਾਲਾ ਕਲਰ ਵੀ। ਇਹਦੀ ਬੋਟਮ ਦੇ ਉੱਪਰ ਵਰਕ ਆਊਗਾ, ਸਲਵਾਰ ਨੂੰ ਲਾਈਨਿੰਗ ਨਹੀਂ ਲੱਗੂਗੀ, ਸ਼ਰਟ ਨੂੰ ਲੱਗੂਗੀ, ਠੀਕ ਹੈ। ਤੁਸੀਂ ਇਹਦੀ ਸੂਟ ਦੀ ਲੁੱਕ ਦੇਖ ਸਕਦੇ ਕਿੰਨਾ ਸੋਹਣਾ ਰੈਡੀ ਹੋਇਆ ਵੀ, ਦੁਪੱਟੇ ਬਹੁਤ ਸੋਹਣੇ ਆ, ਫੈਬਰਿਕ ਬਹੁਤ ਸੋਹਣਾ ਇਹਨਾਂ ਦਾ, ਠੀਕ ਹੈ, ਚੈੱਕ ਕਰ ਲਓ ਜੀ। ਅਤੇ ਤੀਸਰਾ ਕਲਰ ਬਹੁਤ ਘੈਂਟ, ਸਾਰੇ ਕਲਰ ਬੜੇ ਬੜੇ ਸੋਹਣੇ ਆ, ਰੈੱਡ ਕਲਰ ਦੇ ਨਾਲ ਆ ਗਏ ਜੀ, ਠੀਕ ਹੈ। ਹੁਣ ਮੈਂ ਸਟਿਚ ਕਰਾ ਲੈਂਦੀ, ਮੈਂ ਵੀ ਕਰਾਉਣਾ ਸੀ ਆ ਜੇ, ਠੀਕ ਹੈ। ਲੁੱਕ ਦੀ ਸੂਟ ਦੀ ਫੋਟੋ ਖਿੱਚ ਕੇ ਪਾ ਦਿਓ ਜੀ, ਬਹੁਤ ਸੋਹਣਾ ਸੂਟ ਹੈ, ਰੈੱਡ ਕਲਰ ਦੀ ਸਲਵਾਰ ਦੇ ਨਾਲ ਦੁਪੱਟਾ ਜੇ ਟੈਬੀ ਦਾ, ਅਤੇ ਬਹੁਤ ਸੋਹਣਾ ਫੈਬਰਿਕ ਇਹਦਾ, ਅਤੇ ਇਹਦੇ ਨਾਲ ਆ ਗਿਆ ਜੀ ਐਮ ਕੰਬੀਨੇਸ਼ਨ, ਰੈੱਡ ਦੇ ਇੱਕ ਰੈੱਡ ਆ, ਅਤੇ ਸਾਡੇ ਕੋਲ ਸੂਟ ਸਿੰਗਲ ਸੂਟ ਹੀ ਜੇ, ਮਤਲਬ ਵੀ ਹੋਰ ਨਹੀਂ ਆਉਣਗੇ, ਸਿਰਫ ਇੱਕ ਇੱਕ ਪੀਸ ਹੀ ਆ, ਪੰਜ ਸੂਟਾਂ ਦਾ ਸੈੱਟ ਹੀ ਆ, ਅਤੇ ਤੋਂ ਇਲਾਵਾ ਨਹੀਂ ਆਊਗਾ, ਜਿਨ੍ਹਾਂ ਨੇ ਆਰਡਰ ਕਰਨੇ ਹੋਣਗੇ ਕਰ ਸਕਦੇ, ਠੀਕ ਹੈ।
ਬੜੇ ਪਿਆਰੇ ਸੂਟ ਬਣਿਆ ਵੀ, ਅਤੇ ਜਿਹੜਾ ਮੈਂ ਪਾਇਆ ਸੀਗਾ ਉਹਦੇ ਵਿੱਚ ਆਹ ਵਾਲੇ ਸੀ, ਠੀਕ ਹੈ। ਜਦੋਂ ਵੀਡੀਓ ਹੋ ਜਾਂਦੀਆਂ ਜਿਵੇਂ ਜਿਵੇਂ ਫਿਰ ਸਾਰੇ ਸਾਰੇ ਕਸਟਮਰ ਦੀ ਜਿਹੜੀ ਡਿਮਾਂਡ ਵਧੀ ਜਾਂਦੀ ਹੈ। ਇਹਦੇ ਵਰਕ ਨਹੀਂ ਸੀ ਹੈਗਾ, ਇਹਦੀ ਵਰਕ ਆਪਾਂ ਜਿਹੜਾ ਸੀ ਦੁਪੱਟੇ 'ਤੇ ਕੀਤਾ ਸੀਗਾ ਅਤੇ ਸਲਵਾਰ 'ਤੇ ਕੀਤਾ ਸੀ, ਉਹਦੀ ਸ਼ਰਟ ਦੇ ਉੱਪਰ ਆ ਗਿਆ ਜੀ, ਠੀਕ ਹੈ। ਦੂਸਰਾ ਕਲਰ ਸਾਡੇ ਕੋਲ ਆ ਜੇ, ਬਾਕੀ ਦੋਨੇ ਕਲਰ ਜਿਹੜੇ ਸੇਲ ਹੋ ਚੁੱਕੇ ਨੇ, ਐਹ ਵਾਲਾ ਕਲਰ ਜੀ, ਠੀਕ ਹੈ। ਅਤੇ ਤੁਸੀਂ ਔਡਰ ਜਿਹੜੇ ਕਰ ਸਕਦੇ ਹੋ, ਅਤੇ ਸਾਡਾ ਪੇਮੈਂਟ ਜਿਹੜੀ ਔਨਲਾਈਨ ਹੁੰਦੀ ਆ, ਅਤੇ ਤੁਸੀਂ ਆਪਣੇ ਜਿੰਨੇ ਵੀ ਔਡਰ ਬੁੱਕ ਕਰਨੇ ਕਰ ਸਕਦੇ ਹੋ, ਅਤੇ ਆਪਣਾ ਐਡਰੈਸ ਭੇਜ ਦਿਆ ਕਰੋ ਅਤੇ ਪੇਮੈਂਟ ਜਿਹੜੀ ਕਰ ਦਿਆ ਕਰੋ ਔਨਲਾਈਨ। ਅਤੇ ਬਾਏ, ਮਿਲਦੇ ਨੈਕਸਟ ਵੀਡੀਓ 'ਚ।